ਅੱਠਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਆਪਣੇ ਗਣਿਤ ਵਿੱਚ ਅਧਿਆਇ ਨੰਬਰ 13 ਜਿਸ ਦਾ ਨਾਮ ਹੈ ਸਿੱਧਾ ਅਤੇ ਉਲਟ ਸਮਾਨ ਅਨੁਪਾਤ, ਜਿਸ ਨੂੰ ਇੰਗਲਿਸ਼ ਵਿੱਚ ਕਹਿੰਦੇ ਹਨ ਡਾਇਰੈਕਟ ਐਂਡ ਇਨਵਰਸ ਪ੍ਰੋਪੋਰਸ਼ਨ। ਅੱਜ ਆਪਾਂ ਗੱਲ ਕਰਾਂਗੇ ਸਿੱਧੇ ਸਮਾਨ ਅਨੁਪਾਤ ਦੀ, ਯਾਨੀ ਕਿ ਡਾਇਰੈਕਟ ਪ੍ਰੋਪੋਰਸ਼ਨ। ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਸਿੱਧਾ ਸਮਾਨ ਅਨੁਪਾਤ ਹੁੰਦਾ ਕੀ ਹੈ। ਆਪਾਂ ਸਧਾਰਨ ਸ਼ਬਦਾਂ ਵਿੱਚ ਇਸਦੀ ਗੱਲ ਕਰੀਏ ਤਾਂ ਮੰਨ ਲਓ ਕਿ ਤੁਸੀਂ ਘਰੇ ਕੱਪ ਚਾਹ ਬਣਾਉਣੀ ਹੈ। ਇੱਕ ਕੱਪ ਚਾਹ ਵਾਸਤੇ ਤੁਸੀਂ ਮੰਨ ਲਓ ਕਿ ਅੱਧਾ ਕੱਪ ਪਾਣੀ ਲਿਆ, ਅੱਧਾ ਕੱਪ ਦੁੱਧ ਲਿਆ, ਇੱਕ ਚਮਚ ਖੰਡ ਲਈ ਅਤੇ ਇੱਕ ਚਮਚ ਪੱਤੀ ਲਈ। ਮੰਨ ਲਓ ਕਿ ਹੁਣ ਤੁਸੀਂ ਜ਼ਿਆਦਾ ਮੈਂਬਰਾਂ ਵਾਸਤੇ ਚਾਹ ਬਣਾਉਣੀ ਹੈ ਤੇ ਤੁਹਾਨੂੰ ਖੰਡ ਦੀ ਮਾਤਰਾ ਵੀ ਵਧਾਉਣੀ ਪਏਗੀ, ਪੱਤੀ ਦੀ ਮਾਤਰਾ ਵੀ ਵਧਾਉਣੀ ਪਏਗੀ, ਦੁੱਧ ਦੀ ਅਤੇ ਪਾਣੀ ਦੀ ਮਾਤਰਾ ਵੀ ਵਧਾਉਣੀ ਪਏਗੀ। ਯਾਨੀ ਕਿ ਜਦੋਂ ਆਪਣੇ ਕੋਲ ਮੈਂਬਰ ਵੱਧਦੇ ਪਏ ਹੈ ਤੇ ਉਸ ਦੇ ਨਾਲ ਨਾਲ ਚਾਹ ਵਿੱਚ ਪਾਉਣ ਵਾਸਤੇ ਸਮੱਗਰੀ ਦੀ ਮਾਤਰਾ ਵੀ ਆਪਣੇ ਕੋਲੋਂ ਵੱਧਦੀ ਪਈ ਹੈ। ਯਾਨੀ ਕਿ ਇੱਕ ਰਾਸ਼ੀ ਦੇ ਵਧਾਉਣ ਨਾਲ ਦੂਸਰੀ ਰਾਸ਼ੀ ਦੇ ਵਿੱਚ ਵਾਧਾ ਹੋ ਰਿਹਾ ਹੈ। ਇਸ ਨੂੰ ਬੋਲਦੇ ਹੈ ਜੀ ਸਿੱਧਾ ਸਮਾਨ ਅਨੁਪਾਤ, ਯਾਨੀ ਕਿ ਡਾਇਰੈਕਟ ਪ੍ਰੋਪੋਰਸ਼ਨ। ਅਗਰ ਆਪਾਂ ਹੋਰ ਉਦਾਹਰਣ ਲਈਏ ਤਾਂ ਮੰਨ ਲਓ ਕਿ ਤੁਸੀਂ ਬਾਜ਼ਾਰ ਗਏ, ਤੁਸੀਂ ਉੱਥੇ ਦੋ ਪੈਨ ਖਰੀਦੇ ਕਿ ਮੰਨ ਲਓ ਕਿ ਦੋ ਪੈਨਾਂ ਦਾ ਮੁੱਲ ਆਪਣੇ ਕੋਲੋਂ 10 ਰੁਪਏ ਹੈ। ਅਗਰ ਤੁਸੀਂ ਜ਼ਿਆਦਾ ਪੈਨ ਖਰੀਦਣੇ ਹੈ, ਮੰਨ ਲਓ ਕਿ ਤੁਸੀਂ 3 ਪੈਨ ਖਰੀਦਣੇ ਹੈ ਤੇ ਇਸਦਾ ਮੁੱਲ ਹੋ ਜਾਏਗਾ 15 ਰੁਪਏ, ਤੇ ਅਗਰ ਤੁਸੀਂ 4 ਪੈਨ ਖਰੀਦਣੇ ਹੈ ਤੇ ਇਸਦਾ ਮੁੱਲ ਹੋ ਜਾਏਗਾ 20 ਰੁਪਏ। ਯਾਨੀ ਕਿ ਅਗਰ ਆਪਾਂ ਪੈਨ ਜ਼ਿਆਦਾ ਖਰੀਦ ਰਹੇ ਹਾਂ ਤੇ ਇਹਦੇ ਵਾਸਤੇ ਆਪਾਂ ਨੂੰ ਮੁੱਲ ਵੀ ਜ਼ਿਆਦਾ ਚੁਕਾਉਣਾ ਪਏਗਾ। ਅਗਰ ਆਪਾਂ ਉਦਾਹਰਣ ਹੋਰ ਲਈਏ ਤਾਂ ਅਗਰ ਤੁਸੀਂ ਬੈਂਕ ਵਿੱਚ ਜਿੰਨੇ ਜ਼ਿਆਦਾ ਪੈਸੇ ਜਮ੍ਹਾਂ ਕਰਵਾਓਗੇ ਤੁਹਾਨੂੰ ਬੈਂਕ ਉਹਨਾਂ ਹੀ ਪੈਸੇ ਉੱਪਰ ਵਿਆਜ ਵੀ ਤੁਹਾਨੂੰ ਜ਼ਿਆਦਾ ਹੀ ਮਿਲੇਗਾ। ਹੁਣ ਆਪਾਂ ਕੁਝ ਸਵਾਲਾਂ ਦੇ ਰਾਹੀਂ ਸਿੱਧੇ ਸਮਾਨ ਅਨੁਪਾਤ ਬਾਰੇ ਗੱਲ ਕਰਾਂਗੇ ਕਿ ਮੰਨ ਲਓ ਕਿ 1 ਕਿਲੋ ਗ੍ਰਾਮ ਖੰਡ ਦਾ ਮੁੱਲ ਹੈ ਜੀ 18 ਰੁਪਏ ਤੇ ਤੁਸੀਂ 3 ਕਿਲੋਗ੍ਰਾਮ ਖੰਡ ਦਾ ਮੁੱਲ ਪਤਾ ਕਰਨਾ ਹੈ। ਇਹਨੂੰ ਆਪਾਂ ਇੱਕ ਸਾਰਣੀ ਦੇ ਰੂਪ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ। ਇਧਰ ਆਪਾਂ ਲੈ ਲਾਂਗੇ ਜੀ ਖੰਡ ਦਾ ਭਾਰ, ਕਿਲੋਗ੍ਰਾਮ ਦੇ ਵਿੱਚ ਲੈ ਲੈਂਦੇ ਹਾਂ ਤੇ ਅਗਰ ਆਪਾਂ ਥੱਲੇ ਲਈਏ ਜੀ ਮੁੱਲ ਰੁਪਏ ਵਿੱਚ ਤੇ ਦੇਖੋ ਜੀ ਕਿ ਮੰਨ ਲਓ 1 ਕਿਲੋਗ੍ਰਾਮ ਦਾ ਆਪਾਂ ਨੂੰ ਮੁੱਲ ਕਿੰਨਾ ਦਿੱਤਾ ਹੋਇਆ 18 ਰੁਪਏ। ਅਗਰ ਤੁਸੀਂ 2 ਕਿਲੋਗ੍ਰਾਮ ਖੰਡ ਦਾ ਮੁੱਲ ਪਤਾ ਕਰਨਾ ਹੈ ਤੇ ਤੁਸੀਂ 1 ਨੂੰ 2 ਨਾਲ ਗੁਣਾ ਕਰੋਗੇ, ਥੱਲੇ ਹੀ ਨਾਲ ਦੀ ਨਾਲ ਤੁਹਾਨੂੰ ਮੁੱਲ ਵਾਸਤੇ ਵੀ 2 ਨਾਲ ਗੁਣਾ ਕਰਨੀ ਪਈ, ਕਿੰਨਾ ਆ ਜਾਏਗਾ 36। ਯਾਨੀ ਕਿ ਅਗਰ 1 ਕਿਲੋਗ੍ਰਾਮ ਖੰਡ ਦਾ ਮੁੱਲ ਆਪਣੇ ਕੋਲ 18 ਰੁਪਏ ਹੈ ਤੇ 2 ਕਿਲੋਗ੍ਰਾਮ ਖੰਡ ਦਾ ਮੁੱਲ ਆਪਣੇ ਕੋਲ ਆ ਜਾਏਗਾ 36 ਰੁਪਏ। ਇਸੇ ਤਰ੍ਹਾਂ ਹੀ ਅਗਰ ਆਪਾਂ 3 ਕਿਲੋਗ੍ਰਾਮ ਖੰਡ ਦਾ ਮੁੱਲ ਪਤਾ ਕਰਨਾ ਹੈ ਤਾਂ ਕਿੰਨਾ ਆ ਜਾਏਗਾ, 1 ਨੂੰ ਆਪਾਂ 3 ਨਾਲ ਗੁਣਾ ਕਰਾਂਗੇ ਤੇ ਨਾਲ ਦੀ ਨਾਲ ਹੀ ਆਪਾਂ ਨੂੰ 18 ਨੂੰ ਵੀ 3 ਦੇ ਨਾਲ ਗੁਣਾ ਕਰਨਾ ਪਏਗਾ। ਆਪਣੇ ਕੋਲ ਕਿੰਨਾ ਆ ਜਾਏਗਾ 18 × 54। ਯਾਨੀ ਕਿ ਆਪਣੇ ਕੋਲ 3 ਕਿਲੋਗ੍ਰਾਮ ਖੰਡ ਦਾ ਮੁੱਲ ਆ ਗਿਆ 54 ਰੁਪਏ। ਹੁਣ ਮੰਨ ਲਓ ਕਿ ਤੁਸੀਂ 4 ਕਿਲੋਗ੍ਰਾਮ ਖੰਡ ਦਾ ਮੁੱਲ ਵੀ ਪਤਾ ਕਰਨਾ ਹੈ, ਇੱਥੇ ਤੁਸੀਂ ਕਿੰਨਾ ਗੁਣਾ ਕਰੋਗੇ 4 ਦੇ ਨਾਲ ਤੇ ਥੱਲੇ ਵੀ ਰੁਪਿਆ ਨੂੰ ਵੀ ਤੁਹਾਨੂੰ ਕਿੰਨਾ ਗੁਣਾ ਕਰਨਾ ਪਏਗਾ 4 ਦੇ ਨਾਲ ਤੇ ਆਪਣੇ ਕੋਲ ਕਿੰਨਾ ਆ ਜਾਏਗਾ 72, 18 × 72। ਇਸੇ ਤਰ੍ਹਾਂ ਆਪਾਂ ਖੰਡ ਦੇ ਕਿਸੇ ਵੀ ਭਾਰ ਦਾ ਮੁੱਲ ਆਪਾਂ ਪਤਾ ਕਰ ਸਕਦੇ ਹਾਂ। ਇੱਥੇ ਇੱਕ ਧਿਆਨ ਦੇ ਦੋ ਵੀ ਅਗਰ ਆਪਾਂ ਖੰਡ ਦੇ ਮੁੱਲ ਨੂੰ ਐਕਸ ਨਾਲ ਲੈ ਲਈਏ ਤੇ ਮੁੱਲਾਂ ਨੂੰ ਆਪਾਂ ਰੁਪਏ ਨੂੰ ਆਪਾਂ ਲੈ ਲਈਏ ਵਾਈ ਦੇ ਨਾਲ ਤਾਂ ਦੇਖੋ ਧਿਆਨ ਦੋ ਵੀ x1/y1 ਕਿੰਨਾ ਹੈ ਜੀ 1/18। ਉਸੇ ਤਰ੍ਹਾਂ x2/y2 ਵੀ ਕਿੰਨਾ 2/36, ਯਾਨੀ ਵੀ ਇਹ ਵੀ ਕਿ ਆਪਣੇ ਕੋਲ ਮੁੱਲ ਆ ਜਾਏਗਾ 1/18। ਉਸੇ ਤਰ੍ਹਾਂ ਅਗਰ ਆਪਾਂ x3/y3 ਦਾ ਅਨੁਪਾਤ ਪਤਾ ਕਰੀਏ ਤੇ ਇਹ ਅਨੁਪਾਤ ਵੀ ਆਪਣੇ ਕੋਲ ਕਿੰਨਾ ਆ ਰਿਹਾ 1/18। ਯਾਨੀ ਕਿ ਆਪਾਂ ਨੂੰ ਇੱਥੋਂ ਪਤਾ ਲੱਗ ਰਿਹਾ ਹੈ ਕਿ ਸਿੱਧੇ ਸਮਾਨ ਅਨੁਪਾਤ ਦੇ ਵਿੱਚ x1/y1 ਕਿੰਦੇ ਬਰਾਬਰ ਹੈ, x2/y2 ਕਿੰਦੇ ਬਰਾਬਰ ਹੈ ਜੀ x3/y3। ਇਹ ਹਮੇਸ਼ਾ ਹੀ ਜਿਹੜੀ ਵੈਲਿਊ ਇੱਕ ਕਾਂਸਟੈਂਟ ਰਹੇਗੀ, ਯਾਨੀ ਕਿ ਅਚਲ ਵੈਲਿਊ ਰਹੇਗੀ ਆਪਣੇ ਕੋਲੋਂ। ਇਸ ਤੋਂ ਆਪਾਂ ਸਿੱਧੇ ਸਮਾਨ ਅਨੁਪਾਤ ਦਾ ਕੋਈ ਵੀ ਸਵਾਲ ਹੱਲ ਕਰ ਸਕਦੇ ਹਾਂ ਆਪਣੇ ਕੋਲ ਹੈ ਜੀ। ਹਾਂਜੀ ਬੱਚਿਓ ਦੇਖੋ ਜੀ ਹੁਣ ਆਪਾਂ ਕੱਢ ਚੁੱਕੇ ਹਾਂ x1/y1 ਬਰਾਬਰ ਹੈ x2/y2 ਬਰਾਬਰ ਹੈ x3/y3 ਬਰਾਬਰ ਹੈ k, ਯਾਨੀ ਕਿ ਇਹ ਜੋ ਹੈ ਆਪਾਂ ਆਪਣੇ ਕੋਲ ਜੋ ਅਨੁਪਾਤ ਆ ਰਿਹਾ ਹੈ ਉਹ ਹਮੇਸ਼ਾ ਹੀ ਕਾਂਸਟੈਂਟ ਹੈ, ਅਚਲ ਸੰਖਿਆ ਆਪਣੇ ਕੋਲੋਂ ਮਿਲਦੀ ਹੈ।
इस नूं ही आधार मन के आपां सिद्धी अनुपात दा कोई भी सवाल पता कर सकते हां। जिवें कि अपने कोलों अध्याय या अभ्यास 13.1 दे विच चौथा सवाल है कि एक कोल्ड ड्रिंक फैक्ट्री विच एक मशीन 840 बोतलां 6 घंटिया दे विच भरदी है ते ओह 5 घंटिया दे विच किन्नियां बोतलां भरेगी। हां जी, हुण देखो जी, इत्थे अपने कोलों बोतलां किन्नियां है 840 ते आपां नूं समां किन्ना दे रख्या वै 6 घंटे। ਤੇ ਉਹਨਾਂ ਆਪਾਂ ਕੀ ਕਰਨਾ ਇਹਦੇ ਵਿੱਚ, ਆਪਾਂ ਦੇਖਣਾ ਹੈ ਕਿ 5 ਘੰਟਿਆਂ ਦੇ ਵਿੱਚ ਇੱਕ ਜੋ ਮਸ਼ੀਨ ਆ ਉਹ ਕਿੰਨੀਆਂ ਬੋਤਲਾਂ ਭਰੇਗੀ। ਇਹਨੂੰ ਆਪਾਂ ਦੇਖੋ ਜੀ ਇੱਕ ਆਪਾਂ ਸਾਰਣੀ ਦੇ ਰੂਪ ਵਿੱਚ ਲੈ ਲੈਣੇ ਆ। ਕਿਸ ਤਰ੍ਹਾਂ ਦੇਖੋ ਤੁਸੀਂ ਕਿ ਆਪਣੇ ਕੋਲ ਹੈ ਉੱਪਰ ਸਮਾਂ ਲੈ ਲੈਣੇ ਆ ਆਪਾਂ ਘੰਟਿਆਂ ਵਿੱਚ, ਤੇ ਆਪਣੇ ਕੋਲ ਥੱਲੇ ਕੀ ਹੈ ਜੀ ਬੋਤਲਾਂ। अगर आपने को समा है जी 6 घंटे ते आपने को बोतलां किन्नियां भरियां जांदियां वे 840 ते अगर आपने को समा वे ते आपां की पता करना है कि अंदर किन्नियां बोतलां भरियां जांदियां। इहनूं मन लो कि इहदे विच एक्स बोतलां 5 घंटिया दे विच भरियां जांदियां है। देखो जी हुण जिन्ना ज्यादा आपने को समा होएगा उन्नियां ही ज्यादा बोतलां भरियां जाणगियां, यानी कि इत्थे आपां नूं की पता लग रहा है एक समान अनुपात दा सवाल है। देखो जी हुण इहनूं आपां किवें कढांगे, मैं कर दा जरा देखो उन्हें आप गल की सी कि इन्दे विच एक्स वन बटा वाई वन किन्दे बराबर होएगा एक्स टू बटा वाई टू। देखो जी हुण अगर आप एक्स वन इत्थे आपने कोल 6, वाई वन किन्ना होएगा 840, एक्स टू किन्ना आपां होएगा 5 ते वाई टू किन्ना आपां लै लैने आ एक्स। इहनूं हुण आपां नूं हल करना आंदा वै, किवें करांगे 6 नूं आपां एक्स नाल गुणा कर दांगे ते उधर 5 नूं कितना गुणा करांगे अपने 840 नाल, 6 हुण उधर जाके किथे बनेगा भाग च बनेगा जाके बटा 6। कटिंग देखो जी 6 ते बट दे हो रही है अपने कोलों, ये अपने कोल आ जाएगा 1 4 0, यानी कि एक्स अपने कोल किन्ना आ गया 700 ते बोतलां। लो जी